ਸਰ ਉਹ ਬੈਗ ਤਾਂ ਮੈਂ ਲੈ ਕੇ ਜਾਂਦਾ ਪਿਆ ਸੀ, ਉਹ ਰਸਤੇ 'ਚ ਨੂੰ ਡਿੱਗ ਗਿਆ ਸੀ। ਹੁਣ ਇਹ ਰਸਤੇ 'ਚ ਕਿਤੇ ਬੈਗ ਸਿੱਟ ਦਿੱਤਾ, ਸਿੱਟਣ ਤੋਂ ਬਾਅਦ ਸਾਨੂੰ ਦੱਸਿਆ ਨਹੀਂ ਕਿ ਸਾਡਾ ਬੈਗ ਡਿੱਗ ਚੁੱਕਾ ਆ, ਜਾਂ ਨਾ ਆਪਣੇ ਸਰ ਨੂੰ ਦੱਸਿਆ ਕਿ ਸਾਡਾ ਮੇਰੇ ਕੋਲ ਬੈਗ ਡਿੱਗ ਚੁੱਕਾ ਹੈ। ਪੋਸਟਮੈਨ ਨੇ ਸਾਨੂੰ ਦੱਸਿਆ, ਨਾ ਆਪਣੇ ਸਰ ਨੂੰ ਦੱਸਿਆ, ਨਾ ਸਾਡੇ ਕਮਰੇ ਜਾਣ ਨੂੰ ਦੱਸਿਆ ਜੀ। ਸਰ ਮੈਂ ਆਪਣੀ ਜਿੱਥੇ ਕੰਮ ਕਰਦਾ ਉਹਨਾਂ ਕੋਲ ਦੱਸ ਕੇ ਪੂਰੇ ਕੰਪਨੀ 31 ਤਰੀਕ ਜਨਵਰੀ ਦੀ 31 ਤਰੀਕ ਨੂੰ ਪਹੁੰਚ ਗਿਆ ਸੀਗਾ। ਫਲਾਈਟ ਮੇਰੀ 10 ਤਰੀਕ ਸੀ। ਜੋ ਕੋਰੀਅਰ ਵਾਲਿਆਂ ਨੇ ਪਾਸਪੋਰਟ ਗਵਾ ਤਾ, ਉਹਨਾਂ ਦੇ ਵਜ੍ਹਾ ਨਾਲ ਮੇਰਾ ਮੁੰਡਾ ਇੱਥੇ ਰਹਿ ਗਿਆ। ਮੇਰਾ ਨਾਮ ਸਾਹਿਲ ਡੋਗਰਾ ਆ। ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਹੁਸ਼ਿਆਰਪੁਰ ਮੰਡੀ ਫੀਰਚੰਦ ਮੁਹੱਲਾ ਦੇ ਰਹਿਣ ਵਾਲਾ ਆ। ਠੀਕ ਹੈ ਜੀ। ਸਾਹਿਲ ਜੀ, ਕੀ ਤੁਹਾਡੇ ਨਾਲ ਇਹ ਵਾਕਿਆ ਵਾਪਰਿਆ? ਤੁਹਾਡਾ ਪਾਸਪੋਰਟ ਕਿਸ ਤਰ੍ਹਾਂ ਗੁੰਮ ਹੋਇਆ? ਅਸੀਂ ਜੀ ਕੁਵੈਤ ਦਾ ਵੀਜ਼ਾ ਲਗਾਇਆ ਪਿਆ ਸੀਗਾ ਆਪਣੇ ਦਸੂਹਾ ਰੋਡ ਤੇ ਜੀਵੀ ਇੰਟਰਨੈਸ਼ਨਲ ਕਮਲ ਜੀ ਕੋ, ਤੇ ਉਸ ਤੋਂ ਬਾਅਦ ਉਹਨਾਂ ਨੇ ਪਾਸਪੋਰਟ ਭੇਜਿਆ ਸਾਡਾ ਬੰਬਈ। ਉਹ ਪਾਸਪੋਰਟ ਤੇ ਸਟੈਂਪਾਂ ਜਾਂ ਟਿਕਟਾਂ ਵੀ ਕੁਛ ਵੀ, ਬਾਕੀ ਮੈਡੀਕਲ ਸਾਰਾ ਕੁਛ ਭੇਜਿਆ ਉਹਨਾਂ ਨੇ ਮੇਰਾ ਬੰਬਈ। ਤੇ ਉਸ ਤੋਂ ਬਾਅਦ ਬੰਬੇ ਸਾਰੀਆਂ ਸਟੈਂਪਾਂ ਲਾ ਕੇ ਜਦੋਂ ਹੁਸ਼ਿਆਰਪੁਰ ਸਾਡਾ ਪਹੁੰਚਿਆ 31 ਤਰੀਕ ਨੂੰ ਜੀ, ਉਸ ਤੋਂ ਬਾਅਦ ਉਹਨਾਂ ਨੇ ਜਿੱਦਾਂ ਹੀ ਕੋਰੀਅਰ ਵਾਲੇ ਮੇਰੇ ਏਜੰਟ ਕੋ ਕਮਲ ਜੀ ਜੀਵੀ ਇੰਟਰਨੈਸ਼ਨਲ ਕਮਲ ਕੋ ਉੱਥੋਂ ਦੇਣ ਆ ਰਹੇ ਸੀਗੇ, ਤੇ ਉਸ ਤੋਂ ਬਾਅਦ ਉਹਨਾਂ ਨੇ ਰਸਤੇ 'ਚ ਕਿਤੇ ਬੈਗ ਸਿੱਟ ਦਿੱਤਾ। ਸਿੱਟਣ ਤੋਂ ਬਾਅਦ ਸਾਨੂੰ ਦੱਸਿਆ ਨਹੀਂ ਕਿ ਸਾਡਾ ਬੈਗ ਡਿੱਗ ਚੁੱਕਾ ਆ, ਜਾਂ ਨਾ ਆਪਣੇ ਸਰ ਨੂੰ ਦੱਸਿਆ ਕਿ ਸਾਡਾ ਮੇਰੇ ਕੋਲ ਬੈਗ ਡਿੱਗ ਚੁੱਕਾ ਹੈ। ਪੋਸਟਮੈਨ ਨੇ ਸਾਨੂੰ ਦੱਸਿਆ, ਨਾ ਆਪਣੇ ਸਰ ਨੂੰ ਦੱਸਿਆ, ਨਾ ਸਾਡੇ ਕਮਲ ਏਜੰਟ ਨੂੰ ਦੱਸਿਆ ਜੀ। ਤੇ ਉਸ ਤੋਂ ਬਾਅਦ ਅਸੀਂ ਜਦੋਂ ਸਾਡੇ ਟਾਈਮ ਸੀਗਾ, ਸਾਡੀ 10 ਤਰੀਕ ਦੀ ਫਲਾਈਟ ਸੀ ਸਾਡੀ, ਸਾਨੂੰ ਮੇਰੇ ਕੋਲ ਟਿਕਟਾਂ ਹੈਗੀਆਂ ਉਹਦੀਆਂ। ਤੇ ਉਸ ਤੋਂ ਬਾਅਦ ਅਸੀਂ ਜਦੋਂ ਪ੍ਰੋਫੈਸ਼ਨਲ ਕੋਰੀਅਰ ਕੰਪਨੀ ਬੱਸ ਸਟੈਂਡ ਦੇ ਬੈਕ ਸਾਈਡ 3rd ਨੰਬਰ ਗਲੀ 'ਚ ਗਏ, ਉਹ ਸਾਨੂੰ ਕਹਿੰਦੇ ਕਿ ਸਾਡਾ ਤੁਹਾਡਾ ਕੋਰੀਅਰ ਜਿਹੜਾ ਸੀਗਾ, ਸਾਡਾ ਪਾਸਪੋਰਟ ਅਸੀਂ ਸਿੱਟ ਚੁੱਕੇ ਹਾਂ। ਅਸੀਂ ਉਹਨਾਂ ਦੀ ਸਾਨੂੰ ਮੁੰਡੇ ਨੇ ਦੱਸਿਆ ਨਹੀਂ ਕਿ ਜਿਹੜਾ ਸਾਡਾ ਬੰਦਾ ਸੀਗਾ ਉਹਨੇ ਸਾਨੂੰ ਦੱਸਿਆ ਨਹੀਂ ਕਿ ਸਾਡਾ ਤੁਹਾਡਾ ਕੋਰੀਅਰ ਸੜਕ ਮੇਰੇ ਤੋਂ ਗੁਆਚ ਗਿਆ ਹੈ। ਉਹਨੇ ਪੂਰੀ ਦੀ ਪੂਰੀ ਕੇਟੀ ਸਿੱਟ ਦਿੱਤੀ ਆਪਣੀ ਜੀ। ਤੁਹਾਨੂੰ ਕਿੰਨੇ ਦਿਨ ਬਾਅਦ ਦੱਸਿਆ ਕੋਰੀਅਰ ਕੰਪਨੀ ਨੂੰ? ਸਾਨੂੰ 7 ਤਰੀਕ ਨੂੰ ਦੱਸਿਆ ਗਿਆ, ਸਾਨੂੰ 7 ਤਰੀਕ ਨੂੰ ਦੱਸਿਆ ਗਿਆ ਕਿ ਤੁਹਾਡੀ ਕੋਰੀਅਰ, ਅਸੀਂ ਜਦੋਂ ਖੁਦ ਗਏ ਅਸੀਂ ਪੁੱਛਣ, ਸਾਨੂੰ 7 ਤਰੀਕ ਨੂੰ ਦੱਸਿਆ ਗਿਆ ਕਿ ਤੁਹਾਡੇ ਸਾਡਾ ਬੈਗ ਗੁਆਚ ਗਿਆ। ਅਸੀਂ ਫੋਨ ਕੀਤਾ, ਬਚਾਈ ਦਾ ਰਿਕਾਰਡਿੰਗਾਂ ਹੈਗੀਆਂ ਮੇਰੇ ਕੋਲ, ਉਹਨਾਂ ਦੀ ਫੋਨ ਕੀਤਾ ਮੈਂ ਉਹਨਾਂ ਨੇ ਇੰਟਰਨੈਟ ਤੋਂ ਲੈ ਕੇ ਹੁਸ਼ਿਆਰਪੁਰ ਆਫਿਸ 'ਚ, ਕਿਉਂਕਿ ਸਾਡਾ ਆਫਿਸ ਇੱਥੇ, ਸਾਨੂੰ ਤੁਹਾਡਾ ਬੈਗ ਸਾਰਾ ਅਸੀਂ ਗੁਆ ਚੁੱਕੇ ਹਾਂ। ਕੋਰੀਅਰ ਕੰਪਨੀ ਕੋਲ ਕਦੋਂ ਪਹੁੰਚਿਆ ਸੀਗਾ ਤੁਹਾਡਾ ਪਾਸਪੋਰਟ? ਕੋਰੀਅਰ ਕੰਪਨੀ 31 ਤਰੀਕ ਜਨਵਰੀ ਦੀ 31 ਤਰੀਕ ਨੂੰ ਪਹੁੰਚ ਗਿਆ ਸੀਗਾ। ਤੇ ਹੁਣ ਤੁਹਾਡੀ ਫਲਾਈਟ ਕਦੋਂ ਦੀ ਸੀਗੀ? ਫਲਾਈਟ ਮੇਰੀ 10 ਤਰੀਕ ਦੀ ਸੀਗੀ। ਕਿਹੜੀ ਜਗ੍ਹਾ ਜਾਣੀ ਤੁਸੀਂ? ਮੇਰੀ ਆਪਣੀ ਦਿੱਲੀ ਤੋਂ ਕੁਵੈਤ ਦੀ ਸੀਗੀ ਫਲਾਈਟ ਜੀ। ਠੀਕ ਹੈ ਜੀ। ਤੇ ਹੁਣ ਕਿੰਨਾ ਕੁ ਨੁਕਸਾਨ ਆ, ਕਿਉਂਕਿ ਇੱਕ ਵਧੀਆ ਤੁਸੀਂ ਰੋਜ਼ੀ ਰੋਟੀ ਕਮਾਉਣ ਲਈ ਤੁਸੀਂ ਉੱਥੇ ਜਾਣਾ ਸੀਗਾ? ਹਾਂਜੀ। ਤੇ ਹੁਣ ਕਿੰਨਾ ਕੁ ਨੁਕਸਾਨ ਹੋਇਆ ਜੀ? ਅਸੀਂ ਜੀ ਕਮਲ ਜੰਟ ਨੂੰ ਦਿੱਤਾ ਸੀਗਾ 20,000 ਰੁਪਇਆ, ਉਹਨੂੰ ਦਿੱਤਾ ਸੀਗਾ, ਬਾਕੀ ਸਾਰੇ ਜੈਪੁਰ ਮੈਡੀਕਲ ਹੋਏ ਹੋ ਆ, ਉੱਥੇ ਸਾਡਾ 5,000 ਲੱਗਾ, ਬਾਕੀ ਆਉਣ ਜਾਣ ਦਾ ਸਾਰਾ ਖਰਚਾ ਲੱਗਾ ਪਿਆ ਜੀ, ਸਾਡਾ ਕੁੱਲ ਖਰਚਾ 50,000 ਦਾ ਹੋ ਚੁੱਕਾ ਆ ਜੀ। ਤੇ ਹੁਣ ਤੁਸੀਂ ਇਹਦੀ ਸ਼ਿਕਾਇਤ ਵੀ ਦਿੱਤੀ ਆ ਕੋਰੀਅਰ ਕੰਪਨੀ ਦੇ? ਹਾਂਜੀ, ਅਸੀਂ ਸ਼ਿਕਾਇਤ ਦਿੱਤੀ ਆ ਕੋਰੀਅਰ ਕੰਪਨੀ ਦੇ ਏਜੰਟ ਦੇ, ਕਿਉਂਕਿ ਏਜੰਟ ਦੀ ਸਾਰੀ ਜ਼ਿੰਮੇਵਾਰੀ ਹੁੰਦੀ ਆ ਕਿ ਉਹਨੇ ਸਾਨੂੰ, ਉਹਨਾਂ ਨੇ ਭੇਜਿਆ ਇਸ ਕੋਰੀਅਰ ਕੰਪਨੀ 'ਚ, ਉਹਨਾਂ ਨੇ ਭੇਜਿਆ ਬੰਬੇ ਟਿਕਟਾਂ ਫੜਨ ਲਈ, ਠੀਕ ਆ, ਅਸੀਂ ਏਜੰਟ ਦੇ ਉੱਪਰ ਤੇ ਆਪਣੀ ਕੋਰੀਅਰ ਕੰਪਨੀ ਦੇ ਉੱਪਰ, ਜੇ ਉਸ ਬੰਦੇ ਦੇ ਉੱਪਰ FIR ਦਿੱਤੀ ਆ ਜੀ SSP ਕੋ ਹੁਸ਼ਿਆਰਪੁਰ 'ਚ। ਤੁਹਾਨੂੰ ਏਜੰਟ ਨੇ ਵੀ ਦੱਸਿਆ ਕਿ ਤੁਹਾਡੇ ਤੱਕ ਗੁਆਚ ਗਿਆ ਸੀ? ਨਹੀਂ ਜੀ, ਸਾਨੂੰ ਏਜੰਟ ਨੇ ਦੱਸਿਆ, ਏਜੰਟ ਨੇ ਅਸੀਂ ਖੁਦ ਫੋਨ ਕਰਕੇ ਪੁੱਛਿਆ, ਉਹ ਮੈਨੂੰ ਕਹਿੰਦਾ ਕਿ ਸਾਨੂੰ ਵੀ ਇੱਕ ਦਿਨ ਪਹਿਲਾਂ ਹੀ ਪਤਾ ਲੱਗਾ, ਕਿਉਂਕਿ ਅਸੀਂ ਇੱਕ ਦਿਨ ਉਸ ਤੋਂ ਪਹਿਲਾਂ ਜਾ ਕੇ ਆਏ ਸੀਗੇ, ਸਾਨੂੰ ਉਸਨੇ ਤਾਂ ਵੀ ਨਹੀਂ ਦੱਸਿਆ। ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਮੰਗ ਇਹੀ ਕਰਦੇ ਹਾਂ, ਜਾਂ ਸਾਡਾ ਜੇ ਸਾਡਾ ਪਾਸਵਰਡ ਲੱਭ ਗਿਆ, ਅਸੀਂ ਸਾਰੇ ਪਾਸੇ ਫੇਸਬੁੱਕ ਤੇ WhatsApp ਤੇ ਸਾਰੇ ਪਾਸੇ ਮੈਂ ਪਾਸਵਰਡ, ਜਿਹੜੇ ਨਾਲ ਦਾ ਮੁੰਡਾ ਸੀਗਾ ਉਹਦਾ ਸਾਰਾ ਪੇਪਰ ਡਾਕੂਮੈਂਟਸ ਲੈ ਕੇ, ਉਹਦੇ ਸਾਰੇ ਫੋਟੋਆਂ ਪਾਈਆਂ ਕਿ ਤੁਹਾਨੂੰ ਇਸ ਕੁਵੈਤ ਦਾ ਵੀਜ਼ਾ ਸਾਡੇ ਲੱਗਾ, ਸਾਡੇ ਸਟੈਂਪ ਉੱਤੇ ਲੱਗੀ ਆ, ਟਿਕਟਾਂ ਪਈਆਂ, ਬਾਕੀ ਤੇ ਮੈਡੀਕਲ ਵੀ ਮੇਰੇ ਵਿੱਚ ਹੀ ਆ ਸਾਰੇ ਉਹਦੇ, ਠੀਕ ਆ, ਜੋ ਅਸੀਂ ਜੈਪੁਰ ਤੋਂ ਕਰਾ ਕੇ ਆਏ ਸੀਗੇ। ਕੀ ਕਰਦੇ ਆ ਪ੍ਰਸ਼ਾਸਨ ਤੋਂ? ਇਹੀ ਮੰਗ ਕਰਦੇ ਹਾਂ, ਅਸੀਂ SSP ਤੋਂ ਰਿਪੋਰਟ ਲਿਖਾਈ ਹੋਆ ਜੀ, ਉਸ ਇਹੀ ਮੰਗ ਕਰਦੇ ਹਾਂ ਜੀ ਕਿ ਸਾਡੇ ਇੱਥੇ ਸਖ਼ਤ ਤੋਂ ਸਖ਼ਤ ਕਾਰਵਾਈ ਦਿੱਤੀ ਜਾਵੇ, ਸਾਡਾ ਪਾਸਵਰਡ ਨਵਾਂ ਬਣਾ ਕੇ ਦਿੱਤਾ ਜਾਵੇ। ਕੀ ਨਾਮ ਹੈ ਜੀ? ਬਲਵੀਰ ਸਿੰਘ ਜੀ। ਜੀ ਬਲਵੀਰ ਸਿੰਘ ਜੀ, ਕੀ ਕੰਮ ਕਰਦੇ ਹੋ ਤੁਸੀਂ? ਮੈਂ ਡਰਾਈਵਰ ਹਾਂ ਜੀ। ਜੀ, ਤੇ ਪੈਸੇ ਜੋੜ ਕੇ, ਰੁਪਇਆ ਜੋੜ ਕੇ ਤੁਸੀਂ ਪੈਸੇ ਜੋੜ ਕੇ ਆਪਣੇ ਪੁੱਤ ਨੂੰ ਬਾਹਰ ਭੇਜਣ ਲਈ ਹਿਲਮ ਸੀਲਾ ਕੀਤਾ ਸੀਗਾ, ਪਰ ਇੱਕ ਕੋਰੀਅਰ ਕੰਪਨੀ ਦੀ ਗਲਤੀ ਕਰਕੇ ਸਾਰਾ ਜਿਹੜਾ ਕੰਮ ਖਰਾਬ ਹੋ ਗਿਆ। ਹਾਂਜੀ ਹਾਂਜੀ, ਮੈਂ ਰੁਪਏ ਥੋੜ੍ਹੇ ਥੋੜ੍ਹੇ ਪੈਸੇ ਜੋੜ ਕੇ ਹੀ ਆਪਣੇ ਮੁੰਡੇ ਦਾ ਪੀਜ਼ਾ ਲਵਾਇਆ ਸੀਗਾ, ਤੇ ਇਹਨੂੰ ਬਾਹਰ ਭੇਜਣ ਦਿੰਦੇ ਸੀਗੇ, ਤੇ ਇਹਦਾ ਫਲੈਟ 10 ਤਰੀਕ ਦੀ ਸੀਗੀ, 10:10 ਦੀ। ਜੋ ਕੋਰੀਅਰ ਵਾਲਿਆਂ ਨੇ ਪਾਸਪੋਰਟ ਗਵਾ ਤਾ, ਉਹਨਾਂ ਦੇ ਵਜ੍ਹਾ ਨਾਲ ਮੇਰਾ ਮੁੰਡਾ ਇੱਥੇ ਰਹਿ ਗਿਆ, ਅਤੇ ਇਹਨਾਂ ਦੀ ਵਜ੍ਹਾ ਨਾਲ ਉਹਦਾ ਸਾਰਾ ਕੰਮ ਖਰਾਬ ਹੋ ਗਿਆ। ਮੇਰਾ ਇੱਕੋ ਇੱਕ ਮੁੰਡਾ ਸੀਗਾ ਜੀ, ਉੱਥੇ ਸਾਰਾ ਮੈਂ ਜਿੰਨੇ ਪੈਸੇ ਸੀਗੇ ਮੈਂ ਲਾ ਦਿੱਤੇ ਸੀਗੇ ਜੀ, ਅਤੇ ਬਾਕੀ ਦਾ ਹੋਰ ਮੈਨੂੰ ਇਹ ਪ੍ਰਸ਼ਾਸਨ ਤੋਂ ਇਹੀ ਮੰਗ ਆ ਜੀ, ਇਹਦਾ ਪਾਸਪੋਰਟ ਬਣਾ ਕੇ ਦਿੱਤਾ ਜਾਵੇ, ਅਤੇ ਇਹ ਤੀ ਹੋਰ ਕਿਸੇ ਨਾਲ ਵੀ ਇੱਦਾਂ ਕਿਸੇ ਨਾਲ ਹੋਰ ਨਾ ਹੋਵੇ ਜੋ ਸਾਡੇ ਨਾਲ ਹੋਈ ਆ। ਕਿਰਪਾ ਕਰਕੇ ਸਾਡੇ ਦਾ ਵੀ ਕਿਰਪਾ ਕਰੋ ਸਾਡੇ 'ਤੇ ਵੀ ਮਾੜੀ ਮੋਟੀ। ਕੀ ਨਾਮ ਹੈ ਜੀ ਤੁਹਾਡਾ? ਹਰਬੰਸ ਲਾਲ। ਕੀ ਕੰਮ ਕਰਦੇ? ਕੋਰੀਅਰ ਦਾ। ਕਿਹੜੀ ਕੰਪਨੀ?
ਪ੍ਰੋਫੈਸ਼ਨਲ ਕੋਰੀ ਹੈ ਠੀਕ ਹੈ ਜੀ ਇੱਕ ਸਾਇਲ ਡੋਗਰਾ ਵੱਲੋਂ ਕੰਪਲੇਂਟ ਕੀਤੀ ਗਈ ਹੈ ਕਿ ਉਸ ਦਾ ਬੰਬੇ ਤੋਂ ਹੁਸ਼ਿਆਰਪੁਰ ਕੋਰੀ ਸੀਗਾ ਜੋ ਕਿ 1 ਤਰੀਕ ਦਾ ਤੁਹਾਡੇ ਕੋਲ ਆਇਆ ਹੋਇਆ ਸਾਰਾ ਮੈਨੂੰ ਅਜੇ ਤੱਕ ਨਹੀਂ ਮਿਲਿਆ ਕੀ ਕਹੋਗੇ ਸਰ ਉਹ ਬੈਗ ਤਾਂ ਮੈਂ ਲੈ ਕੇ ਜਾਂਦਾ ਪਿਆ ਸੀ ਉਹ ਰਸਤੇ 'ਚ ਨਾ ਡਿੱਗ ਗਿਆ ਸੀਗਾ ਉਹ ਆਪਣਾ ਪੁਲ ਦੇ ਕੋਲ ਡਿੱਗ ਗਿਆ ਮੇਰੇ ਕੋਲ ਤੁਸੀਂ ਉਹਦੀ ਕੰਪਲੇਂਟ ਵਗੈਰਾ ਜਾਂ ਕੋਈ ਕੋਸ਼ਿਸ਼ ਕੀਤੀ ਤੁਸੀਂ ਉਹਦੇ ਘਰ ਤੱਕ ਉਹਨੂੰ ਦੱਸਣ ਦੀ ਸਰ ਮੈਂ ਆਪਣੀ ਜਿੱਥੇ ਕੰਮ ਕਰਦਾ ਉਹਨਾਂ ਕੋਲ ਦੱਸ ਦਿੱਤਾ ਜੀ ਆਪਣੇ ਮਾਲਕਾਂ ਨੂੰ ਕਿ ਮੇਰੇ ਕੋਲ ਡਿੱਗ ਗਿਆ ਸੀਗਾ 1 ਤਰੀਕ ਨੂੰ ਦੱਸਦਾ ਜੀ ਉਹਨੇ ਇਹਨਾਂ ਦਾ ਪਾਸਵਰਡ ਆ ਉਹਨਾਂ ਤੱਕ ਤੁਸੀਂ ਪਹੁੰਚ ਕੀਤੀ ਸਰ ਸਾਡੇ ਕੋਲ ਐਡਰੈਸ ਨਹੀਂ ਸੀਗਾ ਸਿਰਫ ਚਿੱਠੀਆਂ ਸੀ ਮੈਨੂੰ ਇਹ 'ਚ ਪਤਾ ਨਹੀਂ ਸੀ ਕਿਹਦੇ ਕਿਹਦੀ ਚਿੱਠੀ ਹੈ ਕਿਹਦਾ ਉਹ ਤਾਂ ਤੁਸੀਂ ਖੋਲ੍ਹ ਕੇ ਨਹੀਂ ਦੇਖ ਸਕਦੇ ਨਾ ਹੁਣ